ਅੱਛਾ ਨਾਰਮਲ ਨਾ ਜਰਮਨੀ ਦੇ ਵਿੱਚ ਨਾਜ਼ਰੀ ਨੇ ਜਿਵੇਂ ਨਾ ਜਰਮਨੀ ਦੇ ਕੀ ਹਰ ਜਗ੍ਹਾ ਇੰਜ ਹੁੰਦਾ ਉਹ ਨਵੇਂ ਸਾਹਮਣੇ ਜਿਹੜਾ ਵੇ ਲੱਗੀ ਹੈ ਸ਼ੀਲਡ, ਠੀਕ ਹੈ, ਇਹਦਾ ਮਤਲਬ ਤੁਸੀਂ ਇੱਥੇ ਗੱਡੀ ਪਾਰਕ ਨਹੀਂ ਕਰ ਸਕਦੇ, ਇਹ ਲੱਗੀ ਹੈ ਇਹਦਾ ਮਤਲਬ ਤੁਸੀਂ ਇੱਧਰਲੇ ਬੰਨੇ ਇੱਥੇ ਗੱਡੀ ਪਾਰਕ ਨਹੀਂ ਕਰ ਸਕਦੇ, ਠੀਕ ਹੈ, ਇੱਥੇ ਕੋਈ ਸ਼ੀਲਡ ਨਜ਼ਰ ਆ ਰਹੀ ਤੁਹਾਨੂੰ ਚੱਕਰੀ ਕੋਈ ਨਹੀਂ, ਠੀਕ ਹੈ ਨਾ, ਹੁਣ ਤੁਸੀਂ ਇਹਦਾ ਮਤਲਬ ਜਿੱਥੇ ਸ਼ੀਲਡ ਨਜ਼ਰ ਨਹੀਂ ਆਉਂਦੀ ਤਾਂ ਤੁਸੀਂ ਉੱਥੇ ਲਾਜ਼ਮੀ ਕੱਲ੍ਹ ਕੇ ਪਾਰਕ ਕਰ ਸਕਦੇ ਹੋ। ਇਹ ਗੱਡੀਆਂ ਜਿਨ੍ਹਾਂ ਵੇਲੇ ਇੱਕ ਅਤੇ ਦੋ ਅਤੇ ਤਿੰਨ ਗੱਡੀਆਂ ਤੁਸੀਂ ਇੱਥੇ ਪਾਰਕ ਕਰ ਸਕਦੇ ਹੋ ਆਈਗੈਂਟਲਿਸ਼, ਆਈਗੈਂਟਲਿਸ਼ ਕਹਿੰਦੇ ਨੇ ਮੇਰਾ ਖਿਆਲ ਹੈ, ਆਈਗੈਂਟਲਿਸ਼ ਵੀ ਕੁਛ ਕਹਿੰਦੇ ਨੇ, ਠੀਕ ਹੈ। ਹੁਣ ਕੱਲ੍ਹ ਨਾ ਇਹ ਲੁਕਮਾਨ ਦੀ ਗੱਡੀ ਖਲੋਤੀ ਹੈ ਅਤੇ ਲੁਕਮਾਨ ਸਾਹਿਬ ਦੀ ਇੱਥੇ ਨਾ ਕੱਲ੍ਹ ਮੈਂ ਇੱਕ ਪਰਚੀ ਕੱਢੀ ਹੈ ਕਿਉਂਕਿ ਲੁਕਮਾਨ ਅੱਜ ਕੱਲ੍ਹ ਗਿਆ ਜਪਾਨ, ਸਹੀ ਹੈ, ਅਤੇ ਗੱਡੀ ਸੰਭਾਲ ਨਹੀਂ ਹੁੰਦੀ, ਅਤੇ ਇੱਥੇ ਚੋਰੀ ਸਾਹਿਬ ਜੁਰਮਾਨੇ ਦੀ ਪਰਚੀ ਲਾ ਕੇ ਗਏ ਨੇ ਕਿ ਤੁਸੀਂ ਇੱਥੇ ਗੱਡੀ ਖਿਲਾਰੀਏ। ਉਹ ਉਹਨਾਂ ਨੂੰ ਮੈਂ ਫੋਨ ਕਰਨਾ ਵੇ ਕਿ ਵੀ ਤੁਸੀਂ ਸ਼ੀਲਡ ਮੈਨੂੰ ਵਿਖਾਓ ਕਿ ਅਗਰ ਤਾਂ ਮੈਂ ਗਲਤ ਸੀ ਜਾਂ ਮੈਂ ਗਲਤ ਗੱਡੀ ਖਿਲਾਰੀਏ ਤਾਂ ਫਿਰ ਤਾਂ ਮੈਂ ਪੈਸੇ ਦਵਾਂ ਤੁਹਾਨੂੰ, ਅਤੇ ਕਿਉਂ ਮੈਂ ਤੁਹਾਨੂੰ ਦਵਾਂ, ਠੀਕ ਹੈ ਨਾ। ਇਹ ਨਾਜ਼ਰੀਨ ਅਗਲੇ ਦਿਨਾਂ ਦੇ ਵਿੱਚ ਨਾ ਥੋੜ੍ਹੀ ਜਿਹੀ ਲੜਾਈ ਝਗੜਾ ਵੇ, ਲੜਾਈ ਝਗੜੇ ਵਾਲੀ ਵੀਡੀਓਜ਼ ਆਉਣਗੀਆਂ, ਅੱਲਾਹ ਤਾਲਾ ਮਾਫੀ ਦੇ। ਯਾਰ ਨਾਜ਼ਰੀਨ ਲੜਨਾ ਲੜਾਉਣਾ ਇਹਨਾਂ ਦੇ ਨਾਲ ਕੀ, ਇਹਨਾਂ ਤੋਂ ਜਾ ਕੇ ਤਰ ਲਈ ਇਹਨਾਂ ਕਿ ਤੁਹਾਡੀ ਮਿਹਰਬਾਨੀ, ਤੁਸੀਂ ਇੱਕ ਸ਼ਰੀਫ ਆਦਮੀ ਨੂੰ ਕਾਹਤੋਂ ਤੰਗ ਕਰਨ ਦੇ ਹੋ, ਗੱਲ ਨਹੀਂ ਸਮਝ ਲੱਗੀ। ਓਏ ਅਸਲਾਮ ਵਾਲੇਕੁਮ ਨਾਜ਼ਰੀਨ, ਕੀ ਹਾਲ ਚਾਲ ਸਭ ਕੇ, ਮੇਰਾ ਨਾਮ ਹੈ ਉਸਮਾਨ ਔਰ ਆਪ ਮੁਝੇ ਦੇਖ ਰਹੇ ਹੈ ਨਾਤੇ ਧੋਤੇ ਕੋ ਇੱਥੇ। ਅਤੇ ਨਾਜ਼ਰੀਨ ਅੱਜ ਪਤਾ ਮੇਰੀ ਕੀ ਸਲਾਹ ਹੈ, ਅੱਜ ਮੇਰੀ ਸਲਾਹ ਇਹ ਵੀ ਕਿ ਮੈਂ ਤਾਂ ਲਿਆ ਨਾ, ਠੀਕ ਹੈ ਨਾ, ਅਤੇ ਅੱਜ ਮੈਂ ਆਪਣੀ ਗੱਡੀ ਨੂੰ ਵੀ ਨਵਾਉਣਾ ਹੈ। ਗੱਲ ਨਹੀਂ ਸਮਝ ਲੱਗੀ, ਅੱਜ ਯਾਰ ਗੰਦੀ ਗੰਦੀ ਲੱਗਣ ਦੀ ਮੈਨੂੰ ਵਿਚਾਰੀ ਨਾ, ਅਤੇ ਅਸੀਂ ਦੋਵੇਂ ਕਹਿਣ ਲੱਗਾ ਸੀ ਦੋਵੇਂ ਮਾਂ ਪੁੱਤਰ, ਮਤਲਬ ਕਿ ਅਸੀਂ ਦੋਵੇਂ ਗੱਡੀ ਅਤੇ ਗੱਡੀ ਦਾ ਮਾਲਕ, ਅੱਜ ਅਸੀਂ ਨਾਤੇ ਧੋਤੇ ਕੰਮ ਕਰਾਂਗੇ ਅਤੇ ਆਪ ਮਾਰੇ ਸਾਥ ਰਹੀਗਾ ਅਤੇ ਕੱਪ ਕੱਪ ਕੇ ਲਈ ਅੱਲਾ ਪੀਸ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਚਲੋ ਜੀ, ਸੁਭਾਨ ਅੱਲਾ ਜੀ, ਸੁਭਾਨ ਅੱਲਾ ਜੀ, ਸਖਰ ਅੱਲਾ ਨਹਾਜ਼ਾ ਮੁਸਲਮਾਨ ਭਾਈ ਦਾ ਇਲਾ ਰੱਬ ਨੂੰ ਗਾਲੇ ਬੂਨ। ਯਾਰ ਆ ਕੀ ਮੈਂ ਗੋਲਡ ਮੈਡਲ ਜਿਹਾ ਪਾਇਆ ਵੀ ਕਿ ਮੈਂ ਨਾਲ ਨਹੀਂ ਤਾਂ ਲਾਵਾਂ ਯਾਰ ਮੈਂ। ਅੱਛਾ ਕਿੱਥੇ ਚੱਲੇ ਸੀ? ਗੱਡੀ ਤੁਹਾਨ ਆਈ ਇੱਕ, ਮੇਰਾ ਦਿਲ ਕਰਦਾ ਵੇ ਪਿਆ ਕਿ ਮੈਂ ਇੱਥੇ ਖਲੋ ਜਾਵਾਂ। ਕੀ ਟਾਈਮ, ਕਿੰਨੀਆਂ ਗੱਡੀਆਂ ਨੇ ਇੱਥੇ ਯਾਰ? ਨਾਜ਼ਰੀਨ ਕੋਈ ਗੱਡੀ ਨਹੀਂ ਹੈ, ਮਤਲਬ ਜਿਹੜੀ ਇੱਕ ਹੈ ਵੀ ਹੈ ਨਾ ਉਹ ਵੀ ਕਿਤੇ ਪਿੱਛੇ ਜੇ ਖਲੋਤੀ ਹੈ ਤਾਂ ਮਤਲਬ ਉਹ ਵੀ ਪਾਰ ਕਰਕੇ ਗਿਆ ਵੇ, ਪਹਿਲੀ ਪੋਜੀਸ਼ਨ ਲੱਭ ਸਕਦੀ ਸੀ ਮੈਨੂੰ। ਲੇਕਿਨ ਸਭ ਤੋਂ ਪਹਿਲੇ ਗੱਡੀ ਤੁਹਾਨੂੰ ਯਾਰ, ਮੈਂ ਗੱਡੀ ਤੁਹਾਨੂੰ ਕਿ ਮੈਂ ਜੱਗਾ ਡਾਕੂ ਫੜਨ ਚੱਲਾ ਵਾਂ, ਮੈਂ ਕਿੱਡੀ ਮਸ਼ਹੂਰੀ ਕਰਨ ਦੇ ਆਪਣੀ ਗੱਡੀ ਦੀ ਯਾਰ, ਗੱਲ ਕਰਨ ਦੀ। ਬਾਰ ਨਾਜ਼ਰੀਨ, ਹੁਣ ਮੈਂ ਅੱਲਾ ਦੀ ਕਸਮ ਹੈ ਹੁਣ ਮੈਂ ਉੱਥੇ ਜਾ ਕੇ ਕੈਮਰਾ ਖੋਲਾਂਗਾ ਅਤੇ ਮੈਂ ਗੱਡੀ ਤੁਹਾਨੂੰ ਅੱਲਾ ਹਾਫਿਜ਼। ਯਾਰ ਹੈ ਤਾਂ ਖਾਲੀ ਹੈ ਜਿੱਥੇ ਗੱਡੀ ਧੋਣ ਵਾਲਾ ਕੰਮ ਨਹੀਂ ਸਾਰਾ, ਕੋਈ ਲੈਣ ਨਹੀਂ ਲੱਗੀ ਅੱਜ। ਬਹੁਤ ਅੱਛੇ ਵੀ, ਬਹੁਤ ਅੱਛੇ। ਚਲੋ ਨਾਜ਼ਰੀਨ, ਸੁਪਰ ਹੋ ਗਿਆ, ਵੈਰੀ ਗੁੱਡ ਹੋ ਗਿਆ ਵੀ, ਅੱਜ ਤਾਂ ਅੱਛਾ ਫੈਸਲਾ ਹੋ ਗਿਆ ਤਾਂ ਦੋਸਤੋ ਆ ਕਰ ਲਏ। ਓਏ ਪੈਟਰੋਲ ਕਿੰਨੇ ਦਾ ਯਾਰ? ਇੱਕ ਸੈਕਿੰਡ ਪੁੱਛ, ਪੈਟਰੋਲ ਖੁਦਾ ਦੀ ਕਸਮੀ ਯਾਰ, ਵੇਖੋ ਯਾਰ ਗੱਲ ਕਰਨ ਵਾਲੀ, ਮਾਸ਼ਾਅੱਲਾ ਨਹੀਂ ਹੋ ਗਿਆ ਮਤਲਬ 1 ਯੂਰੋ 50 ਸੈਂਟ ਦਾ, ਚੰਗਾ ਭਲਾ ਸਸਤਾ ਵੀ ਅਗਰ ਤੁਸੀਂ ਮੇਰੇ ਕੋਲੋਂ ਪੁੱਛੋ, ਕਸਮ ਹੈ। ਲੇਕਿਨ ਮੈਂ ਭਰਵਾਉਣਾ ਨਹੀਂ ਕਿਉਂਕਿ ਮੈਂ ਗੱਡੀ ਚਾਹੁੰਦੀ ਅੱਲਾ ਵੀ। ਅੱਛਾ ਜੀ, ਉਸਮਾਨ ਸਾਹਿਬ ਨੇ ਨਾ ਬਹੁਤ ਅੱਛੇ ਤਰੀਕੇ ਦੇ ਨਾਲ ਇੰਜ ਕਰਕੇ ਗੱਡੀ ਘੁਮਾ ਕੇ ਅਤੇ ਪਹਿਲੀ ਪੋਜੀਸ਼ਨ 'ਤੇ ਜਾ ਕੇ ਲੈ। ਨਾਜ਼ਰੀਨ ਯਾਰ ਦੁਆ ਕਰਿਓ ਅੱਜ ਮੈਂ ਨਾ ਮੇਰੀ ਕੋਈ ਔਫ ਤਰੇ ਕੇ ਜਿਹੜੇ ਮੇਰੀਆਂ ਜੋਬਸ ਨੇ ਨਾ ਉਹ ਵੀ ਮੇਰੀਆਂ ਪਟਕ ਪਟਕ ਹੋ ਜਾਣ, ਕਿਉਂਕਿ ਕਿਉਂਕਿ ਨੋਰਮਲ ਫਿਰ 9 ਯਾਰ ਉਨ ਪਲੱਸ 12:50 ਔਰ 16 ਦੈਨ ਮਾਖਨ ਵਿਦ 12:50 ਯਾਰ ਪਲੱਸ ਟੈਲਗਨ ਆਫ ਐਨਮਲ 16:50 ਇਨ ਦੰਸ਼ਨ ਡੈਂਕ ਬਿਲ ਆਫ ਯਾਰ ਕਹਿੰਦੇ ਨੇ ਕਿ ਆਪਣੀ ਜਿਹੜੀ ਹੈ ਨਾ ਸ਼ੀਲਡ, ਜਿਹੜੀ ਹੈ ਟੈਕਸੀ ਦੀ ਸ਼ੀਲਡ, ਉਹ ਲਾ, ਕਿਉਂਕਿ ਉਹ ਜਿਹੜੇ ਅੱਗੇ ਘੁੰਮਦੇ ਨੇ ਨਾ ਉਹ ਚੱਕਰੀਆਂ ਜੀਆਂ, ਉਹਨੇ ਮੇਰੀ ਸ਼ੀਲਡ ਦੀ ਮੱਤ ਮਾਰ ਦੇਣੀ ਹੈ। ਇਸ ਲਈ ਪਹਿਲੇ ਸ਼ੀਲਡ ਉਤਾਰਦੇ ਹਾਂ, ਕਿੱਥੇ ਕਰਨਾ ਇੱਥੇ। ਪਹਿਲੇ ਇਹਨਾਂ ਨੇ ਥੋੜ੍ਹਾ ਜਿਹਾ ਆਪੇ ਸਾਫ਼ ਕਰਨਾ ਹੁੰਦਾ ਵੀ ਮਤਲਬ ਹੱਥਾਂ ਦੇ ਨਾਲ ਨਾ, ਠੀਕ ਹੈ, ਬਾਅਦ ਵਿੱਚੋਂ ਉਹ ਫਿਰ ਜਿਹੜੀਆਂ ਸਾਹਮਣੇ ਮਸ਼ੀਨਾਂ ਨੇ ਚੈੱਕ ਕਰ ਰਹੇ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਮਤਲਬ ਕਿ ਨਵੀਂ ਤਾਜ਼ੀ ਨਹੀਂ ਹੈ, ਹੁਣ ਤਾਂ ਮਾਸ਼ਾਅੱਲਾ ਹਰ ਜਗ੍ਹਾ ਇੰਝ ਦੇ ਕੰਮ ਹੁੰਦੇ ਨੇ, ਪਰ ਕਿ ਸਾਡੇ ਆਪਣੇ ਪਾਕਿਸਤਾਨ ਇੰਝ ਦੇ ਕੰਮ ਹੁੰਦੇ ਨੇ। ਲੇਕਿਨ ਮੰਮੀ ਤਾਂ ਹੁਣ ਤੁਹਾਨੂੰ ਦੱਸ ਰਹਿਣਾ ਕਿ ਮੈਂ ਕਿਤੇ ਤੁਰਿਆ ਫਿਰਨਾ ਵਾ।
ਲੋ ਜੀ ਸ਼ੁਕਰ ਅਲਹਮਦੁਲਿਲਾ ਵੈਰੀ ਗੁੱਡ ਹੋ ਗਿਆ ਸਭ ਤੋਂ ਪਹਿਲੇ ਤੇ ਹੁਣ ਬਾਹਰ ਨਿਕਲ ਕੇ ਨਾ ਇਹਦੀ ਹਾਲਤ ਵੇਖੀ ਹੈ ਇੱਕ ਸੈਕਿੰਡ ਹੈਰੋ ਨਾਜ਼ਰੀਨ ਮੈਨੂੰ ਨਾ ਪਿਛਲੀ ਵਾਰੀ ਮੈਨੂੰ ਕਿਹਾ ਸੀ ਮੈਂ ਕਿਹਾ ਯਾਰ ਤੂੰ ਨਾ ਸਵਾਦ ਦੀ ਨਹੀਂ ਧੋਤੀ ਠੀਕ ਹੈ ਯਾਰ ਚੈੱਕ ਕਰ ਰਹੇ ਹੋ ਤੁਸੀਂ ਬਹੁਤ ਕਾਲਾ ਹੋਇਆ ਪਿਆ ਸੀ ਸਾਰਾ ਨਿਜ਼ਾਮ ਸਹੀ ਹੈ ਯਾਰ ਸ਼ੁਕਰ ਅਲਹਮਦੁਲਿਲਾ ਨਾਰਮਲ ਨਾ ਤੁਸੀਂ ਹੁਣ ਅਵੇ ਨਾ ਕਸਮੇ ਇਹ ਚੀਜ਼ਾਂ ਤੋਂ ਮੇਰੀ ਜਾਨ ਜਾਂਦੀ ਹੈ ਕਿ ਪੈਸੇ ਵੀ ਦਿੱਤੇ ਨੇ ਅਤੇ ਫਿਰ ਥੋੜ੍ਹਾ ਰਹਿ ਗਿਆ ਚੱਲ ਸਹੀ ਹੈ ਸੋਹਣੀ ਲੱਗਣ ਲੱਗ ਪਈ ਮਾਸ਼ਾਅੱਲਾ ਹੋ ਗਿਆ ਵੀ ਮਾਸ਼ਾਅੱਲਾ ਹੋ ਗਿਆ ਇਹਦਾ ਮਤਲਬ ਗੱਲ ਕਰਨ ਦਾ ਉਸਮਾਨ ਸਾਹਿਬ ਕਿ ਤੁਸੀਂ ਅਤੇ ਤੁਹਾਡੀ ਗੱਡੀ ਮਾਸ਼ਾਅੱਲਾ ਹੋ ਗਿਆ ਕੰਮ ਹੈ ਨਾ ਉਹ ਯਾਰ ਇੱਥੇ ਬਹੁਤ ਕੱਲ੍ਹ ਮੱਛਰ ਮੈਂ ਵੇਖਣ ਦਿਆ ਸੀ ਮਰੇ ਸੀ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ ਸੀ ਮੇਰੀ ਗੱਡੀ ਅੱਗੇ ਆ ਕੇ ਨਾ ਸਹੀ ਯਾਰ ਨਾਜ਼ਰੀਨ ਮੈਂ ਨਾ ਹੁਣ ਇਹਦੀ ਦੂਜੀ ਸਫਾਈ ਕਰਾਂ ਮਤਲਬ ਅੰਦਰੋਂ ਜਿਹੜੀ ਨਾ ਥੱਲੇ ਗੰਦ ਸ਼ੰਦ ਨਹੀਂ ਪਿਆ ਜਿਹੜਾ ਤਾਂ ਨਜ਼ਰ ਆਉਂਦਿਆ ਠੀਕ ਹੈ ਚੈੱਕ ਕਰ ਰਹੇ ਹੋ ਤੁਸੀਂ ਮਤਲਬ ਇਹਦਾ ਨਾ ਵਾਹਵੀ ਮੱਤ ਵੱਜੀ ਸੀ ਪਿਛਲੇ ਦਿਨਾਂ ਤੋਂ ਨਾ ਅਤੇ ਉਹਨਾਂ ਦਾ ਸਹੀ ਕਰੀਏ ਅਤੇ ਕੱਪ ਕੱਪ ਕੇ ਲਈਏ ਅੱਲਾ ਫੀਸ ਅੱਛਾ ਵੀ ਨਾਜ਼ਰੀਨ ਨੂੰ ਕੱਟ ਕਰਕੇ ਕੈਮਰਾ ਮੈਨ ਇੱਥੇ ਆ ਗਿਆ ਸੀ ਉਨੀ ਕਲੀਨਿਕ ਕਹਿੰਦੇ ਨੇ ਹਸਪਤਾਲ ਨੂੰ ਨਾ ਠੀਕ ਹੈ ਅਤੇ ਇੱਥੇ ਮੈਂ ਖਲੋਤਾ ਸੀ ਔਰ ਅਭੀ ਕੇ ਅਭੀ ਮੈਨੂੰ ਇੱਕ ਆਫਰ ਆਇਆ ਇੱਕ ਜੋਬ ਆਈ ਹੈ ਉਹ ਬੋਲੇ ਤੋਂ ਕਿੰਨੇ ਦੀ ਹੈ 69 ਯੂਰੋ ਤੇ 14 ਸੈਂਟ ਦੀ ਜਿਹੜੇ ਇਹ 69 ਯੂਰੋ ਤੇ 14 ਸੈਂਟ ਨੇ ਨਾ ਇਹ ਮੈਨੂੰ ਮਿਲਣੇ ਨੇ ਅਗਲੇ ਮਹੀਨੇ ਮਤਲਬ ਸਤੰਬਰ ਦੀ 20 ਤਰੀਕ ਨੂੰ ਮਤਲਬ ਇਹਨਾਂ ਨੇ ਅਕਾਊਂਟ ਦੇ ਵਿੱਚ ਪੈਸੇ ਮੇਰੇ ਸਤੰਬਰ ਦੇ ਵਿੱਚ ਭੇਜਣੇ ਨੇ 20 ਤਰੀਕ ਨੂੰ ਯਾਰ ਕੋਈ ਗੱਲ ਹੀ ਕਰਨ ਵਾਲੀ ਪੂਰਾ ਮਹੀਨਾ ਠੀਕ ਹੈ ਨਾ ਮੈਂ ਆਪਣੇ ਪੈਸੇ ਡੀਕਣੇ ਨੇ ਕੋਈ ਨਹੀਂ ਨਾਜ਼ਰੀਨ ਮੈਂ ਇਨਸ਼ਾਅੱਲਾ ਤਾਲਾ ਮੈਂ ਜਦੋਂ ਕਿਤੇ ਹੱਥ ਧੋ ਲਏ ਨਾ ਅਤੇ ਫਿਰ ਇਹਨਾਂ ਨੂੰ ਮੈਂ ਟੱਕਰਨਾ ਹੱਥ ਧੋ ਕੇ ਸਹੀ ਹੈ ਨਾ ਆਓ ਯਾਰ ਨਾਜ਼ਰੀਨ ਚੱਲੀਏ ਇੱਥੇ ਮੇਰੀ ਸਵਾਰੀ ਕਿਤੇ ਖਲੋਤੀ ਹੈ ਨਾਰਮਲ ਤਾਂ ਇੱਥੇ ਕਿਤੇ ਸੀ ਅਤੇ ਉਹ ਉੱਥੋਂ ਮੇਰੇ ਖਾਸ ਸਵਾਰੀ ਲੈ ਕੇ ਆਉਣੀ ਮੈਂ ਅੰਦਰੋਂ ਯਾਰ 210 ਗਬੋਏ ਦੇ ਵੇ ਮਤਲਬ ਕਿ ਬਿਲਡਿੰਗ ਦਾ ਨੰਬਰ 210 ਵੇ 210 ਲੈ 10 ਅਤੇ ਇਹ ਵੇਖੋ ਨਾ ਮੈਂ ਬਿਲਕੁਲ ਸਹੀ ਮੁਕਾਮ 'ਤੇ ਪਹੁੰਚ ਗਿਆ ਵਾਂ ਅੱਲਾ ਅਕਬਰ ਅੱਛਾ ਨਾਜ਼ਰੀਨ ਨੂੰ ਪਤਾ ਕੀ ਜੇ ਅੱਲਾਹ ਤਾਲਾ ਮਾਫੀ ਦੇ ਅਸਤਗਫਿਰੁੱਲਾ ਗੱਡੀ ਮੇਰੀ ਬੰਦ ਹੋ ਗਈ ਹੈ ਇਹ ਜਿਹੜੀ ਬਿਲਡਿੰਗ ਹੈ ਨਾ ਇੱਥੇ ਜਿਹੜਾ ਨਾ ਜਿਹੜੇ ਕੈਂਸਰ ਜਿਹਨਾਂ ਨੂੰ ਹੁੰਦਾ ਅੱਲਾਹ ਮੀਆਂ ਮਾਫੀ ਦੇ ਅਸਤਗਫਿਰੁੱਲਾ ਕ੍ਰੇਪਸ ਠੀਕ ਹੈ ਕ੍ਰੇਪਸ ਕਹੀ ਤਾਂ ਪਤਾ ਨਹੀਂ ਇੰਗਲਿਸ਼ ਦੇ ਵਿੱਚ ਵੀ ਮਤਲਬ ਕਿ ਕੈਂਸਰ ਠੀਕ ਹੈ ਉਹਨਾਂ ਦੀ ਇੱਥੇ ਬਹਾਂਡਲੁੰਗ ਹੁੰਦੀ ਹੈ ਉਹਨਾਂ ਦਾ ਇੱਥੇ ਇਲਾਜ ਹੁੰਦਾ ਹੈ ਅਸਤਗਫਿਰੁੱਲਾ ਅੱਲਾਹ ਮੀਆਂ ਮਾਫੀ ਦੇ ਨਾਜ਼ਰੀਨ ਇੱਥੇ ਜਰਮਨੀ ਦੇ ਵਿੱਚ ਨਾ ਜਿਵੇਂ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਮਸ਼ਹੂਰ ਹੈ ਨਾ ਸ਼ੂਗਰ ਇੱਥੇ ਜਰਮਨੀ ਦੇ ਵਿੱਚ ਕੈਂਸਰ ਮਸ਼ਹੂਰ ਹੈ ਬਹੁਤ ਮੈਂ ਆਪਣੀ ਸਵਾਰੀ ਲੈ ਲਈ ਹੈ ਅਤੇ ਮੈਂ ਗੱਲ ਜਿਹੜੀ ਕਰਨ ਦਿਆ ਸੀ ਨਾ ਕਿ ਜਿਵੇਂ ਪਾਕਿਸਤਾਨ ਜਿਹੜਾ ਮਸ਼ਹੂਰ ਹੈ ਸ਼ੂਗਰ ਅਤੇ ਇੱਥੇ ਕੈਂਸਰ ਮਸ਼ਹੂਰ ਹੈ ਉਹਦੀ ਮਿਸਾਲ ਹੈ ਵੀ ਮਿਸਾਲ ਦੇ ਤੌਰ 'ਤੇ ਮੈਂ ਨਾ ਇੱਕ ਦਿਨ ਟੈਕਸੀ ਚਲਾਉਣ ਦਿਆ ਇੱਕ ਦਿਨ ਨਹੀਂ ਮਤਲਬ ਟੈਕਸੀ ਚਲਾਉਣ ਦਿਆ ਅਤੇ ਪਿੱਛੇ ਨਾ ਦੋ ਮੇਰੇ ਨਾ ਮਾਈਆਂ ਬੈਠੀਆਂ ਅਤੇ ਇੱਕ ਕਹਿੰਦੀ ਤੇਰੀ ਕਿੰਨੀ ਉਮਰ ਹੋ ਗਈ ਕਹਿੰਦੀ ਮੇਰੀ ਹੋ ਗਈ 55 ਸਾਲ ਅਤੇ ਤੇਰੀ ਕਿੰਨੀ ਹੋ ਗਈ ਕਹਿੰਦੀ ਮੇਰੀ 53 ਸਾਲ ਜਾਂ 55 ਹੀ ਲਾ ਲਓ ਕਹਿੰਦੀ ਹਾਂ ਹਜੇ ਸਾਨੂੰ ਕੈਂਸਰ ਵੀ ਹੋਣਾ ਹੈ ਮਤਲਬ ਅੱਲਾਹ ਤਾਲਾ ਮਾਫੀ ਦੇ ਉਹਨਾਂ ਨੂੰ ਉਡੀਕ ਹੈ ਕਿ ਸਾਨੂੰ ਇਹ ਬਿਮਾਰੀ ਆਉਣੀ ਹੈ ਸਹੀ ਯਾਰ ਨਾਜ਼ਰੀਨ ਮੈਂ ਤਾਂ ਨਾ ਬਾਅਦ 'ਚ ਕਰਨਾ ਮੈਂ ਤਾਂ ਕੱਪ ਕੱਪ ਕੇ ਲਈ ਅੱਲਾ ਫੀਸ ਲੋ ਵੀ ਨਾਜ਼ਰੀਨ ਨੇ ਉਹ ਲਾ ਛੱਡੀ ਸਵਾਰੀ ਜਿਹੜੀ ਮੈਂ 69 ਯੂਰੋ ਵਾਲੀ 69 ਯੂਰੋ ਵਾਲੀ ਯਾਰ ਰਹਿੰਦੀ ਬੜੇ ਮਜ਼ੇਦਾਰ ਇਲਾਕੇ ਦੇ ਵਿੱਚ ਚੈੱਕ ਕਰ ਰਹੇ ਹੋ ਤੁਸੀਂ ਹੈ ਨਾ ਉਹ ਤੇਰੀ ਹੈ ਐਂ ਵੇਖੋ ਯਾਰ ਇੱਥੇ ਨਾਰਮਲ ਤਾਂ ਅਕਸਰ ਮੈਂ ਆਉਂਦਾ ਹੁੰਦਾ ਵਾਂ ਲੇਕਿਨ ਮੈਂ ਤੁਹਾਨੂੰ ਅਕਸਰ ਦੱਸਣਾ ਹੁੰਦਾ ਨਾ ਯਾਰ ਨਾਜ਼ਰੀਨ ਕਿ ਜਦੋਂ ਮੇਰੇ ਹੱਥ ਵਿੱਚ ਕੈਮਰਾ ਹੁੰਦਾ ਨਾ ਮੇਰੇ ਵਾਸਤੇ ਜਿਹੜੀ ਨਾ ਦੁਨੀਆ ਜਾਂ ਜਿਹੜੀ ਜੋ ਮੈਂ ਵੇਖਣਾ ਹੁੰਦਾ ਵਾਂ ਉਹ ਥੋੜ੍ਹਾ ਜਿਹਾ ਨਾ ਮੁਖਤਲਿਫ ਹੋ ਜਾਂਦਾ ਤੁਹਾਨੂੰ ਇੱਕ ਸ਼ੈ ਵਿਖਾਵਾਂ ਮੇਰੀ ਨਜ਼ਰ ਪਈ ਇੱਕ ਇਹ ਤੁਸੀਂ ਮੇਰੀ ਵੇਖਦੇ ਹੋ ਟੇਪ ਲਾਈਏ ਮੈਂ ਆਪਣੇ ਸਟੈਂਡ ਦੇ ਉੱਤੇ ਯਾਰ ਸਟੈਂਡ ਮੈਂ ਨਵਾਂ ਲਿਆਂਦਾ ਸੀ 23 ਯੂਰੋ ਦਾ ਅਤੇ ਉਹ ਟੁੱਟ ਗਿਆ ਅਤੇ ਮੇਰੀ ਕੋਈ ਹਿੰਮਤ ਨਹੀਂ ਕਿ ਮੈਂ ਫਿਰ 23 ਯੂਰੋ ਖਰਚਾ ਅਤੇ ਫਿਰ ਮੈਂ ਨਵਾਂ ਸਟੈਂਡ ਲਵਾਂ ਇਹਨੂੰ ਮੈਂ ਟੇਪਾਂ ਲਾਈਆਂ ਇਸ ਕਿਸਮ ਦੀਆਂ ਕਿ ਇਹਦੇ ਉੱਤੇ ਤੁਸੀਂ ਭਾਵੇਂ 45,000 ਕਿਲੋ ਦਾ ਭਾਵੇਂ ਤੁਸੀਂ ਇਹਦੇ ਉੱਤੇ ਹੱਥ ਹੀ ਬਿਠਾ ਦਿਓ ਐਡਾ ਪੱਕਾ ਮੈਂ ਕਰ ਛੱਡਿਆ ਪਹਿਲੀ ਸਮੇਂ ਲੱਗੀ ਉਹ ਨਾਜ਼ਰੀਨ ਯਾਰ ਮੈਂ ਹੁਣ ਨਾ ਫਿਰ ਇੱਕ ਚੱਲਾ ਵਾਂ ਉਸੇ ਜਗ੍ਹਾ 'ਤੇ ਜਿੱਥੇ ਮੈਨੂੰ ਇਹ ਵਾਲਾ ਆਫ ਟਰੈਕ ਮਿਲਿਆ ਸੀ ਨਾ ਆਫ ਟਰੈਕ ਕਹਿੰਦੇ ਨੇ ਜੋਬ ਮਿਲੀ ਸੀ ਅਤੇ ਆਈਏ ਆਪਕੋ ਲੀਏ ਚਲਤੇ ਹੈ ਅਤੇ ਕੱਪ ਕੱਪ ਕੇ ਲੀਏ ਲਾ ਫੀਸ
ਅਲਸ ਕਲਾ ਅਜੇ ਨਾਜ਼ਰੀ ਨੇ ਮੈਂ ਤੁਹਾਨੂੰ ਗੱਲ ਦੱਸਾਂ ਇਹਨੇ ਮਾਈ ਮੈਂ ਲਾਈ ਹੈ ਨਾ ਇਹ ਨਾ ਇੱਥੇ ਲਾਈ ਹੈ ਅੱਛਾ ਮੈਂ ਗੱਲ ਕੀ ਕਰਨ ਦੇ ਨਾਜ਼ਰੀ ਤੁਹਾਡੇ ਨਾਲ 43 ਯੂਰੋ ਵਾਲੀ ਨਾ ਇਹਨੇ 43 ਯੂਰੋ ਇਸ ਮਾਈ ਨੇ ਮੈਨੂੰ ਪੇ ਕੀਤੇ ਨੇ ਠੀਕ ਹੈ ਤੇ ਇਹਦੇ ਨਾਲ ਨਾ ਗੱਲਾਂ ਬਾਤਾਂ ਕਰਦੇ ਕਰਦੇ ਨਾ ਮੈਨੂੰ ਨਾ ਇਹਨੇ ਮੈਨੂੰ ਦੱਸਿਆ ਕਿ ਮੇਰੇ ਕੋਲ ਗੱਡੀ ਵੀ ਹੈ ਵੇ ਤੇ ਲਾਇਸੈਂਸ ਵੀ ਹਜੇ ਤੱਕ ਹੈ ਵੇ ਹਜੇ ਤੱਕ ਤੂੰ ਨਾਜ਼ਰੀ ਮੁਰਾਦ ਹੈ ਵੇ ਕਿ ਜਰਮਨੀ ਦੇ ਵਿੱਚ ਨਾ ਇੱਕ ਉਮਰ ਹੁੰਦੀ ਹੈ ਕਿ ਤੁਹਾਡੇ ਕੋਲ ਉਹ ਲਾਇਸੈਂਸ ਵਾਪਸ ਲੈ ਲੈਂਦੇ ਨੇ ਕਿਉਂਕਿ ਤੁਹਾਡਾ ਜਿਹੜਾ ਰਿਐਕਸ਼ਨ ਜਿਹੜਾ ਸਿਸਟਮ ਜਿਹੜਾ ਨਾ ਉਹ ਤੁਹਾਡਾ ਨਾ ਉਹ ਤੁਹਾਡੇ ਹੱਥ ਵਿੱਚ ਨਹੀਂ ਰਹਿੰਦਾ ਜਾਂ ਤੁਹਾਡੇ ਹੱਥ ਵਸ ਨਹੀਂ ਹੈ ਨਾ ਤੇ ਫਿਰ ਤੁਹਾਡੇ ਕੋਲ ਲਾਇਸੈਂਸ ਲੈ ਲੈਂਦੇ ਨੇ ਜਾਂ ਤੁਸੀਂ ਰਜ਼ਾਕਾਰਾਨਾ ਤੌਰ ਤੇ ਤੁਸੀਂ ਵਾਪਸ ਕਰ ਛੱਡਦੇ ਹੋ ਸਹੀ ਹੈ ਅੱਛਾ ਇਹਨੂੰ ਮੈਂ ਕਹਿੰਦੇ ਸੀ ਮੈਂ ਕਿਹਾ ਕਿ ਤੂੰ ਗੱਡੀ ਚਲਾ ਸਕਦੀ ਹੈ ਤੇ ਤੂੰ ਗੱਡੀ ਦੇ ਉੱਤੇ ਇੱਥੇ ਹਸਪਤਾਲ ਕਿਉਂ ਨਹੀਂ ਆਈ ਤੇ ਮੈਨੂੰ ਕਹਿੰਦੀ ਕਿ ਮੈਨੂੰ ਇਹ ਸੀ ਕਿ ਮੈਂ ਉੱਥੇ ਜਾਵਾਂਗੀ ਤੇ ਉੱਥੇ ਪਤਾ ਨਹੀਂ ਕਿੰਨੇ ਪੈਸੇ ਬਣ ਜਾਣ ਨਾ ਮਤਲਬ ਪਾਰਕਿੰਗ ਦੇ ਠੀਕ ਹੈ ਹੁਣ 2 ਯੂਰੋ ਘੰਟਾ ਪਾਰਕਿੰਗ ਨਾਜ਼ਰੀਨ 7 ਘੰਟੇ ਇੱਥੇ ਰਹੀਏ 14 ਯੂਰੋ ਬਚਾਉਣ ਦੇ ਚੱਕਰਾਂ ਦੇ ਵਿੱਚ ਨਾ ਇਹਨੇ 43 ਯੂਰੋ ਮਤਲਬ ਕਿ ਖਾਕਸਾਰ ਤੁਹਾਡੇ ਵੀਰੇ ਨੂੰ ਦੇ ਕੇ ਤੇ ਉਹ ਗਈ ਹੈ ਮਤਲਬ ਗੱਲ ਕਰਨ ਦਾ ਇਹ ਹੁੰਦੀ ਹੈ ਸੋਚਣ ਦੀ ਤਾਕਤ ਨਾ ਮਤਲਬ ਗੱਲ ਕਰਨ ਦਾ ਤਦੀ ਇਹਨਾਂ ਕੋਲ ਲਾਇਸੈਂਸ ਵਾਪਸ ਲੈ ਲੈਂਦੇ ਨੇ ਹਾਲਾਂਕਿ ਇਸ ਮਾਈ ਦਾ ਲਾਇਸੈਂਸ ਦੇਣਾ ਬੰਦ ਹੈ ਹੁਣ ਨਾ ਇਹਨੂੰ ਇਹ ਨਹੀਂ ਪਤਾ ਲੱਗਣ ਦਿਆ ਕਿ ਮੈਂ 14 ਯੂਰੋ ਬਚਾਉਣ ਦੇ ਚੱਕਰਾਂ ਦੇ ਵਿੱਚ 43 ਯੂਰੋ ਦੇ ਕੇ ਆ ਗਈ ਹਾਂ ਮਤਲਬ ਗੱਲ ਕਰਨ ਦਾ ਲੱਗੀ ਸਮਝ ਤੁਹਾਨੂੰ ਗੱਲ ਮੇਰੀ ਦੀ ਇਸ ਤਰ੍ਹਾਂ ਵੀ ਹੁੰਦਾ ਨਾਜ਼ਰੀਨ ਨੇ ਉਹ ਪਤਾ ਤੁਹਾਨੂੰ ਇਸ ਗੱਲ ਦਾ ਉਹ ਆਹ ਕੀ ਹੈ ਅੱਛਾ ਨਾਜ਼ਰੀਨ ਨੇ ਪਤਾ ਕੀ ਜੇ ਯਾਰ ਇੱਕ ਮਿੰਟ ਤੁਹਾਨੂੰ ਖਾਣਾ ਠਹਿਰੋ ਤਾਂ ਇੱਕ ਮਿੰਟ ਨੇੜੇ ਕਰ ਲਵਾਂ ਇੱਕ ਸੈਕਿੰਡ ਅੱਛਾ ਹੁਣ ਮੈਂ ਤੁਹਾਨੂੰ ਦੱਸਣਾ ਕੀ ਹੈ ਇਹ ਹੈਗਾ ਵੇ ਮਤਲਬ ਕੀੜਿਆਂ ਦਾ ਤੇ ਮਤਲਬ ਜਿਹੜੇ ਨੀ ਜ਼ਮੀਨ ਦੇ ਉੱਤੇ ਜਿਹੜੇ ਹੁੰਦੇ ਨੇ ਕੀ ਹੁੰਦੇ ਨੇ ਯਾਰ ਜਿਹੜੇ ਕੀੜੇ ਮਕੌੜੇ ਆਹੋ ਹਸ਼ਰਾਤ ਇੱਕ ਜ਼ਰੂਰੀ ਲਾਂਸ ਨੇ ਤੇ ਇਹ ਹਸ਼ਰਾਤ ਦਾ ਹਸ਼ਰਾਤਾਂ ਦਾ ਘਰ ਹੈ ਠੀਕ ਹੈ ਮਤਲਬ ਇੱਥੇ ਨਾ ਇਹਨਾਂ ਦੇ ਰਹਿਣ ਵਾਸਤੇ ਇਨਸਾਨਾਂ ਨੇ ਮਤਲਬ ਕਿਸੇ ਇਨਸਾਨ ਨੇ ਜਾਂ ਸਟੱਡ ਵਾਲਿਆਂ ਨੇ ਸਿਟੀ ਵਾਲਿਆਂ ਨੇ ਇਹਨਾਂ ਦਾ ਘਰ ਬਣਾ ਕੇ ਰੱਖਿਆ ਵੇ ਕਿ ਜਿਹੜੇ ਸਾਰੇ ਹਸ਼ਰਾਤ ਨੇ ਨਾ ਮੌਜਦ ਹਸ਼ਰਾਤ ਜਿਹੜੇ ਨਾ ਉਹ ਇੱਥੇ ਰਹਿ ਸਕਦੇ ਨੇ ਠੀਕ ਹੈ ਨਾ ਉਹ ਨਾਜ਼ਰੀਨ ਯਾਰ ਤੁਸੀਂ ਇਹ ਮੌਜਦ ਖਵਾਤੀਨ ਉਹ ਹਸ਼ਰਾਤ ਦੀ ਗੱਲ ਛੱਡੋ ਯਾਰ ਮੈਨੂੰ ਜਿਹੜੇ ਇਹ ਪਿੰਡ ਨੇ ਨਾ ਇਹ ਮੈਨੂੰ ਇਹਨਾਂ ਦੇ ਵਿੱਚ ਇੰਨਾ ਮਜ਼ਾ ਆਉਂਦਾ ਹੈ ਕਸਮ ਸੇ ਯਾਰ ਕਿ ਮੈਂ ਇੱਥੇ ਕਿਤੇ ਡੇਰੇ ਲਾ ਲਵਾਂ ਠੀਕ ਹੈ ਨਾ ਇੱਕ ਅੱਧੀ ਇੱਥੇ ਦੁਕਾਨ ਹੁੰਦੀ ਹੈ ਇੱਕ ਅੱਧਾ ਡਾਕਟਰ ਹੁੰਦਾ ਵੇ ਮਿਸਾਲ ਦੇ ਤੌਰ 'ਤੇ ਇੱਕ ਚੀਜ਼ ਦਾ ਅਨੁਭਵ ਹੁਣ ਇੱਥੇ ਨਾ ਕੋਈ ਬੰਦਾ ਨਹੀਂ ਹੈ ਸਹੀ ਹੈ ਇਹ ਹੈਗਾ ਇੱਕ ਪਿੰਡ ਜਿਹਾ ਨਾ ਮੈਂ ਤੁਹਾਡੇ ਨਾਲ ਮੇਰੇ ਖਿਆਲ ਪਹਿਲੀ ਕਿਸੇ ਇੱਕ ਵੀਡੀਓ ਦੇ ਵਿੱਚ ਮੈਂ ਸ਼ੇਅਰ ਕੀਤੀ ਹੈ ਵਾਲੀ ਗੱਲ ਜਰਮਨੀ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਵੇ ਅਤੇ ਜਿਹੜੇ ਨਹੀਂ ਰਹਿੰਦੇ ਮੈਂ ਤਾਂ ਉਹਨਾਂ ਨੂੰ ਦੱਸਣਾ ਨਾ ਨਾਜ਼ਰੀਨ ਇੱਕ ਦੁਕਾਨ ਹੈ ਠੀਕ ਹੈ ਨਾ ਇਹਦਾ ਕੋਈ ਵਾਲੀ ਵਾਰਸ ਨਹੀਂ ਹੈ ਸਿਰਫ ਇਮਾਨਦਾਰੀ ਦੇ ਉੱਤੇ ਦੁਕਾਨ ਚੱਲਣਦੇ ਹੀ ਹੈ ਇਹ ਸਾਹਮਣੇ ਲੱਗੇ ਇਹਦੀ ਕੀਮਤਾਂ ਠੀਕ ਹੈ ਇਹਦਾ ਗੱਲਾ ਠੀਕ ਹੈ ਨਾ ਤੁਸੀਂ ਜੋ ਲੈਣਾ ਵੇ ਅਤੇ ਤੁਸੀਂ ਆਪਣੀ ਇਮਾਨਦਾਰੀ ਨਾਲ ਇਸ ਗੱਲੇ ਦੇ ਵਿੱਚ ਪੈਸੇ ਪਾ ਕੇ ਅਤੇ ਉਹ ਜਾਣਾ ਠੀਕ ਹੈ ਨਾ ਇਹ ਆਲੂ ਵੀ 2 ਯੂਰੋ ਦੇ ਨੇ ਠੀਕ ਹੈ ਅਤੇ ਇਹ ਸਾਰਾ ਕੁਛ 2-2 ਯੂਰੋ ਦਾ ਯਾਰ ਮੈਂ ਬਲਕਿ ਲੈ ਹੀ ਨਾ ਲਵਾਂ ਯਾਰ ਮੇਰੀ ਬੱਚੇ ਖਾਂਦੇ ਨੇ ਇਹ ਵਾਲੇ ਨਾ ਕੀ ਨਾ ਇਹਨਾਂ ਦਾ ਆਲੂ ਬੁਖਾਰਾ ਠਹਿਰੋ ਯਾਰ ਮੈਂ ਪੈਸੇ ਲੈ ਕੇ ਆਵਾਂ ਇੱਕ ਸੈਕਿੰਡ ਠਹਿਰੋ ਨਾ ਤੇਰਾ ਅੱਛਾ ਯਾਰ ਇੱਕ ਛੋਟੇ ਆਲੂ ਬੁਖਾਰੇ ਨੇ ਔਰ ਇੱਕ ਵੱਡੇ ਨੇ ਉਹ ਪਤਾ ਨਹੀਂ ਸਹੀ ਕਿਹੜੇ ਨੇ ਲੈ ਲੈਣੀ ਆ ਕਿਉਂਕਿ ਸਾਰਾ ਕੁਛ ਇੱਥੇ 2 ਯੂਰੋ ਦਾ ਹੈ ਚੈੱਕ ਕਰਿਓ ਤੁਸੀਂ ਸਾਰਾ ਕੁਛ 2 ਯੂਰੋ ਦਾ ਹੈ ਇੱਕ ਇਹ ਲੈ ਲੈਂਦੇ ਹਾਂ ਅਤੇ ਓਏ ਦੂਰ ਖੱਟੇ ਹੈ ਨਹੀਂ ਖੱਟੇ ਖੁੱਟੇ ਕੋਈ ਨਹੀਂ ਚਲੋ ਇਹ 2 ਚੀਜ਼ਾਂ ਲੈਂਦੇ ਹਾਂ ਅਤੇ ਤੁਹਾਡੇ ਸਾਹਮਣੇ ਜਿਹੜੇ ਨਾ ਇਹਨਾਂ ਗੱਲੇ ਦੇ ਵਿੱਚ ਪੈਸੇ ਪਾਉਂਦੇ ਹਾਂ ਤਾਂ ਕਿ ਸਨਦ ਰਹੇ ਸਹੀ ਹੈ ਨਾ ਯਾਰ ਇਹਨਾਂ ਨੇ ਛਾਪਰ ਕਿਉਂ ਨਹੀਂ ਰੱਖੇ ਯਾਰ ਕੋਈ ਗੱਲ ਕਰਨ ਵਾਲੀ ਉਹ ਮੇਰੇ ਪੈਸੇ ਵਾਪਸ ਕਰੋ ਯਾਰ ਬਾਕੀ ਛਾਪਰ ਨਹੀਂ ਹੈ ਅੱਲਾ ਦੀ ਕਿਸਮ ਯਾਰ ਯਾਰ ਨਾਜ਼ਰੀਨ ਮੈਂ ਨਾ ਸਮਾਨ ਅੰਦਰ ਰੱਖਾਂ ਅਤੇ ਮੈਂ ਤੁਹਾਨੂੰ ਦੁਬਾਰਾ ਮਿਲਣਾ ਅਤੇ ਕੱਪ ਕੱਪ ਕਲੀਅਰ ਲਾ ਪੀਜ਼
ਸ਼ਾਪਰ ਜਿਹੜਾ ਨਾ ਮੇਰੇ ਕੋਲ ਮੇਰਾ ਗੱਡੀ ਦੇ ਵਿੱਚ ਪਿਆ ਹੋਵੇ। ਇੱਕ ਸੈਕਿੰਡ ਠਹਿਰੋ, ਇਹ ਚੈੱਕ ਕਰ ਰਹੇ ਹੋ ਤੁਸੀਂ? ਹੈ, ਹਾਂ ਵੇਖਿਆ। ਮੈਂ ਨਾ ਇੱਕ ਛੋਟਾ ਜਿਹਾ ਬਾਬਾ ਵੀ ਹਾਂ ਜਨਾਬ ਜੀ, ਸਹੀ ਪੁੱਛੋ ਨਾ ਅੱਲਾ ਦੀ ਕਸਮ। ਤਾਲ ਦੇ ਤੌਰ 'ਤੇ ਅਗਰ ਮੈਂ ਇੱਕ ਛੋਟੀ ਜਿਹੀ ਚੀਜ਼ ਲੈਣੀ ਹੈ ਨਾ, ਉਹ ਮੈਂ ਲੈ ਕੇ ਹੱਥ ਵਿੱਚ ਘਰ ਚਲ ਜਾਂਦਾ ਮੈਂ, ਅਤੇ ਫਿਰ ਮੈਂ ਛਾਪਰ ਜਿਹੜੇ ਨਾ ਨਿੱਕੇ ਨਿੱਕੇ ਉਹ ਮੈਂ ਗੱਡੀ ਦੇ ਵਿੱਚ ਰੱਖ ਲੈਂਦਾ ਵਾ। ਅੱਜ ਕੰਮ ਆ ਹੀ ਗਏ ਨਾ ਮੇਰੇ ਛਾਪਰ, ਠੀਕ ਹੈ ਨਾ, ਇਹ ਹੋ ਗਿਆ। ਇੱਕ ਮੈਂ ਤੁਹਾਨੂੰ ਹੋਰ ਸ਼ਾਇਦ ਵਿਖਾਵਾਂ, ਤੁਹਾਡੇ ਕੋਈ ਖੈਰ ਵੇਖਣ ਵਾਲੀ ਨਹੀਂ ਹੈ, ਲੇਕਿਨ ਇੱਧਰ ਮੈਂ ਆਇਆ, ਮੈਂ ਤੁਹਾਨੂੰ ਵਿਖਾ ਹੀ ਦਿੰਦਾ ਨਾਜ਼ਰੀਨ ਨੂੰ। ਇਹ ਹੈਗੀਆਂ ਛਾਪਾਂ, ਠੀਕ ਹੈ ਨਾ, ਇਹ ਹੈਗੀ ਹੈ ਵਾਈਨ, ਵਾਈਨ ਕੀ ਕਹਿੰਦੇ ਨੇ ਤੁਹਾਨੂੰ ਪਤਾ ਹੀ, ਵਾਈਨ ਦਾ ਨਾ। ਇੱਥੇ ਪੈਸੇ ਪਾਉਣੇ ਨੇ, ਇੱਥੇ ਨੰਬਰ ਨੱਪਣਾ, ਬਾਈ ਨੰਬਰ ਇੱਕ ਮਿਸਾਲ ਹੈ, ਅਤੇ ਫਿਰ ਉਹ ਥੱਲੇ ਆ ਜਾਣੀ ਹੈ ਬੋਤਲ। ਗੰਦੀ ਪਾਤ, ਅੱਲਾ ਮਾਫੀ। ਚਲੋ ਚੱਲੀਏ ਯਾਰ। ਉਹ ਚੱਲੀਏ ਨਹੀਂ ਯਾਰ, ਉਹ ਯਾਰ ਨਾਜ਼ਰੀਨ ਮੈਂ ਤੁਹਾਡੇ ਕੋਲ ਇੱਥੇ ਲਵਾਂ ਇਜਾਜ਼ਤ, ਉਹਦੀ ਪਤਾ ਵਜ੍ਹਾ ਕੀ ਹੈ? ਕਿਉਂਕਿ ਇਹਦੀ ਹਜੇ ਮੈਂ ਐਡੀਟਿੰਗ ਕਰਨੀ ਹੈ, ਔਰ ਐਡੀਟਿੰਗ ਤੋਂ ਬਾਅਦ ਇਹਨੂੰ ਅਪਲੋਡ ਕਰਨਾ ਯੂਟਿਊਬ ਦੇ ਉੱਤੇ, ਉਹਦੇ 'ਤੇ ਵੀ ਟਾਈਮ ਚਾਹੀਦਾ ਹੈ, ਅਤੇ ਇਸ ਲਈ ਮੈਂ ਤੁਹਾਡੇ ਕੋਲ ਲੈਣਾ ਇਜਾਜ਼ਤ। ਯਾਰ ਮੈਨੂੰ ਦੁਆਵਾਂ ਦੇ 'ਚ ਯਾਦ ਰੱਖਿਓ, ਆਪਣਾ ਵੀ ਧਿਆਨ ਰੱਖਿਆ ਕਰੋ, ਅਤੇ ਇਨਸ਼ਾਅੱਲਾ ਤਾਲਾ ਆਪਕੇ ਸਾਥ ਫਿਰ ਮੁਲਾਕਾਤ ਹੋਏਗੀ, ਮੁਕਾਲਾਤ ਹੋਏਗੀ ਨਵੀਂ ਵੀਡੀਓ ਕੇ ਸਾਥ। ਕਬ ਤੱਕ ਕੇ ਲੀਏ ਆਈ ਲਵ ਯੂ।